ਮਿੰਟੂ ਜੀ, ਆਪਾਂ ਖਬਰ ਕਰ ਲਈਏ ਅਗਲੀ ਅੰਮ੍ਰਿਤਪਾਲ ਸਿੰਘ ਬਾਰੇ, ਕਿਉਂਕਿ ਅੰਮ੍ਰਿਤਪਾਲ ਸਿੰਘ ਚੋਣਾਂ ਤੋਂ ਪਹਿਲਾਂ ਵੀ, ਚੋਣਾਂ ਤੋਂ ਬਾਅਦ ਵੀ ਕਾਫੀ ਚਰਚਾ ਦੇ ਵਿੱਚ ਰਹੇ। ਆ ਹੁਣ ਪਿੱਛੇ ਇੱਕ ਉਹਨਾਂ ਦੇ ਭਰਾ ਵਾਲਾ ਹਰਪ੍ਰੀਤ ਸਿੰਘ ਵਾਲਾ ਵਿਵਾਦ ਚੱਲ ਰਿਹਾ ਸੀ, ਪਰ ਉਸ ਤੋਂ ਬਿਨਾਂ ਹੁਣ ਇੱਕ ਹੋਰ ਉਹਨਾਂ ਦੀ ਪ੍ਰੋਬਲਮ ਵਧੀ ਹੋਈ ਹੈ ਕਿ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵਿਰੁੱਧ ਇੱਕ ਪਟੀਸ਼ਨ ਪਾਈ ਗਈ ਹੈ। ਇਹ ਪਟੀਸ਼ਨ ਕਾਹਦੇ ਬਾਰੇ ਹੈ ਜੀ? ਦੇਖੋ, ਇਹ ਜਿਹੜੀ ਪਟੀਸ਼ਨ ਆ, ਇਹ ਪਾਈ ਗਈ ਆ ਇੱਕ ਆਜ਼ਾਦ ਉਮੀਦਵਾਰ ਵੱਲੋਂ ਜੀ, ਜਿਹੜੇ ਕਿ ਖਡੂਰ ਸਾਹਿਬ ਤੋਂ ਹੀ ਇਲੈਕਸ਼ਨ ਲੜੇ ਆ। ਬੇਸਿਕਲੀ ਕੀ ਆ ਕਿ ਉਹ ਕਹਿ ਲਓ ਕਿ ਪੱਤਰਕਾਰ ਵੀ ਨੇ ਜੀ, ਵਿਕਰਮਜੀਤ ਸਿੰਘ ਆ। ਬੇਸਿਕਲੀ ਕੀ ਆ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਇਹ ਜੋ ਆਜ਼ਾਦ ਉਮੀਦਵਾਰ ਨੇ ਵਿਕਰਮਜੀਤ ਸਿੰਘ ਜੀ, ਦੁਆਬੀ ਸਾਹਿਬ, ਇਹ ਕਾਫੀ ਜ਼ਿਆਦਾ ਕਹਿ ਲਓ ਕਿ ਟਸਲ 'ਚ ਰਹੇ ਨੇ, ਯਾਨੀ ਅੰਮ੍ਰਿਤਪਾਲ ਸਿੰਘ ਦਾ ਤੜਾ ਜੀ ਅਤੇ ਉੱਧਰੋਂ ਇਹ ਜਿਹੜੇ ਆਜ਼ਾਦ ਉਮੀਦਵਾਰ ਕਹਿ ਲਈਏ ਆਪਾਂ ਜੀ ਜੀ, ਅਤੇ ਇਹ ਮਤਲਬ ਕਿ ਟਸਲ ਹੀ ਸੀਗੀ ਕਿ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਵਿਕਰਮਜੀਤ ਸਿੰਘ ਨੂੰ ਮੈਦਾਨ 'ਚ ਜੀ ਉਤਰਨਾ ਪਿਆ। ਤਾਂ ਗੱਲ ਇਹ ਆ ਕਿ ਚਲੋ ਇਸ ਚੀਜ਼ ਤੋਂ ਵੀ ਅੱਗੇ ਆ ਜਾਓ ਹੁਣ ਕਿ ਮੌਜੂਦਾ ਸਮੇਂ ਦੇ ਵਿੱਚ ਕੀ ਚੱਲਦਾ ਪਿਆ ਜੀ। ਉਹਨਾਂ ਨੇ ਪਟੀਸ਼ਨ ਫਾਈਲ ਕਰ ਦਿੱਤੀ ਆ ਕਿ ਬਈ ਇਹਨਾਂ ਨੇ ਆਪਣੀਆਂ ਜਾਣਕਾਰੀਆਂ ਜਿਹੜੀਆਂ ਹੈ ਉਹ ਸਪਸ਼ਟ ਨਹੀਂ ਕੀਤੀਆਂ, ਜਿਹੜੀਆਂ ਕਿ ਜ਼ਰੂਰੀ ਆ ਜੀ ਬਿਲਕੁਲ, ਕਿਉਂਕਿ ਚੋਣ ਕਮਿਸ਼ਨ ਦੇ ਵਿੱਚ ਹਲਫਨਾਮਾ ਲੱਗਦਾ ਕਿਸੇ ਵੀ ਉਮੀਦਵਾਰ ਦਾ, ਸੈਲਫ ਡਿਕਲੇਰੇਸ਼ਨ ਹੁੰਦੀ ਆ ਜੀ ਜੀ। ਤਾਂ ਦੇਖੋ, ਸਾਨੂੰ ਮੀਡੀਆ ਰਿਪੋਰਟਾਂ ਤੋਂ ਹੀ ਪਤਾ ਲੱਗਿਆ ਜੀ ਕਿ ਅਜਿਹੀ ਇੱਕ ਪਟੀਸ਼ਨ ਜਿਹੜੀ ਆ ਉਹ ਫਾਈਲ ਹੋ ਗਈ ਆ। ਹੁਣ ਦੇਖੋ, ਗੱਲ ਇਹ ਆ ਕਿ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਪਟੀਸ਼ਨ ਅਕਸਰ ਪੈਂਦੀਆਂ ਨੇ, ਉਹਦੇ 'ਤੇ ਆਪਾਂ ਬਾਅਦ ਦੇ ਵਿੱਚ ਆ ਜਾਂਦੇ ਹਾਂ। ਪਰ ਜਦੋਂ ਅਸੀਂ ਦੇਖਿਆ ਜਾ ਕੇ ਕਿ ਬਈ ਇਹ ਪਟੀਸ਼ਨ ਕਰਤਾ ਕੌਣ ਆ, ਤਾਂ ਮੈਂ ਮਤਲਬ ਕਿ ਸਮਝ ਗਿਆ ਕਿ ਵਿਕਰਮਜੀਤ ਸਿੰਘ ਬਈ ਆਜ਼ਾਦ ਉਮੀਦਵਾਰ ਤਾਂ ਹੈ ਜੀ, ਜ਼ਿਆਦਾਤਰ ਕਹਿ ਲਓ ਕਿ ਜਿਹੜਾ ਸੀਗਾ ਨਾ, ਜਿਵੇਂ ਆਪਾਂ ਕਹਿੰਦੇ ਹਾਂ ਕਿ ਬਈ ਇਹ ਨਿਸ਼ਾਨਾ ਜਿਹੜਾ ਉੱਧਰ ਨੂੰ, ਮੇਰਾ ਮਤਲਬ ਕਿ ਸੀਗਾ, ਮੈਂ ਕਿਹਾ ਵੀ ਉਹੀ ਹੋ ਸਕਦੇ ਆ। ਅਤੇ ਉਹਨਾਂ ਦੇ ਨਾਲ ਫਿਰ ਮਤਲਬ ਕਿ ਜਿਹੜੇ ਪਟੀਸ਼ਨ ਕਰਤਾ ਉਹਨਾਂ ਦੇ ਨਾਲ ਗੱਲ ਵੀ ਅਸੀਂ ਕੀਤੀ ਜੀ ਕਿ ਬਈ ਤੁਹਾਡੇ ਗਰਾਊਂਡਸ ਕੀ ਨੇ। ਇਹ ਤਾਂ ਠੀਕ ਆ, ਚਲੋ ਤੁਸੀਂ ਮਤਲਬ ਕਿ ਮੋਟੇ ਤੌਰ 'ਤੇ ਪੜ੍ਹ ਲਿਆ ਕਿਸੇ ਵੀ ਖਬਰ ਦੇ ਵਿੱਚੋਂ ਕਿ ਜਾਣਕਾਰੀਆਂ ਜਿਹੜੀਆਂ ਅਸਪਸ਼ਟ ਨੇ ਜਾਂ ਅਧੂਰੀਆਂ ਨੇ ਜੀ, ਤਾਂ ਮਤਲਬ ਕਿ ਉਹ ਨੁਕਤਾਵਰ ਚੀਜ਼ਾਂ ਜਿਹੜੀਆਂ ਪੇਸ਼ ਕਰਨੀਆਂ ਪੈਂਦੀਆਂ ਨਾ, ਐਵੇਂ ਤਾਂ ਪਟੀਸ਼ਨ ਜਿਹੜੀ ਆ ਉੱਥੇ ਮਨਜ਼ੂਰ ਨਹੀਂ ਹੋ ਜਾਂਦੀ। ਬਿਲਕੁਲ ਬਿਲਕੁਲ। ਹੁਣ ਉਹ ਜੋ ਗੱਲ ਕਹਿੰਦੇ ਆ, ਉਹ ਕਹਿੰਦੇ ਆ ਕਿ ਦੇਖੋ, ਦੁਆਬੀ ਸਾਹਿਬ ਜਿਹੜੀ ਗੱਲ ਕਰ ਰਹੇ ਆ, ਉਹ ਕਹਿੰਦੇ ਆ ਕਿ ਇਹਨਾਂ ਦੇ ਕਾਗਜ਼ਾਂ ਦੇ ਵਿੱਚ 16 ਗਲਤੀਆਂ ਸਨ ਜੀ, ਜਦਕਿ ਉੱਥੇ ਹੀ ਕਹਿੰਦੇ ਕਿ ਖਡੂਰ ਸਾਹਿਬ ਦੇ ਵਿੱਚ ਕੁਛ ਜਿਹੜੇ ਨਾਮਜ਼ਦਗੀ ਪਰਚੇ ਉਹ ਰੱਦ ਹੋਏ ਆ, ਮਤਲਬ ਕਿ ਇੱਕ ਕੋਈ ਛੋਟੀ ਜਿਹੀ ਵੀ ਗਲਤੀ ਹੋ ਗਈ, ਫਰਜ਼ ਕਰੋ ਕੋਈ ਨਾਮ ਦੇ ਵਿੱਚ ਜਾਂ ਕੁਛ ਇੱਦਾਂ ਉੱਦਾਂ, ਤਾਂ ਉਹ ਪਰਚਾ ਜਿਹੜਾ ਰੱਦ ਹੋ ਜਾਂਦਾ। ਪਰ ਉਹ ਕਹਿੰਦੇ ਕਿ ਅਸੀਂ 16 ਇਹ ਜਿਹੜੀਆਂ ਗਲਤੀਆਂ ਸੀਗੀਆਂ ਉਹ ਲੱਭ ਕੇ ਜਿਹੜਾ ਚੋਣ ਅਧਿਕਾਰੀ ਸੀ ਉਹਦੇ ਤੱਕ ਪਹੁੰਚ ਕੀਤੀ, ਸ਼ਾਇਦ ਡਿਪਟੀ ਕਮਿਸ਼ਨਰ ਤੱਕ ਦਾ ਉਹਨਾਂ ਨੇ ਜ਼ਿਕਰ ਕੀਤਾ। ਉਹ ਕਹਿੰਦੇ ਕਿ ਉਹਨਾਂ ਨੇ ਸਾਨੂੰ ਸਪਸ਼ਟ ਕਹਿ ਦਿੱਤਾ ਸੀਗਾ ਕਿ ਇਹ ਪਰਚਾ ਮੈਂ ਰੱਦ ਨਹੀਂ ਕਰਨਾ, ਤੁਸੀਂ ਹਾਈ ਕੋਰਟ ਜਾ ਸਕਦੇ ਹੋ। ਤਾਂ ਮਤਲਬ ਕਿ ਫਿਰ ਉਹ ਕਹਿੰਦੇ ਕਿ ਅਸੀਂ ਕੁਛ ਚੀਜ਼ਾਂ ਜਿਹੜੀਆਂ ਰਿਕਾਰਡ 'ਤੇ ਲਿਆਂਦੀਆਂ ਨੇ, ਜਿਹਦੇ ਵਿੱਚ ਕਹਿ ਲਓ ਕਿ ਜਿੱਦਾਂ ਇੱਕ ਗੀਤ ਹੈ ਸ਼ਾਇਦ ਉਹਦਾ ਜ਼ਿਕਰ ਆ, ਇੱਕ ਗੁਰੂ ਘਰ ਦੇ ਵਿੱਚ ਉਹ ਕਹਿੰਦੇ ਕਿ ਇਹਨਾਂ ਦੇ ਏਜੰਡੇ ਦਾ ਐਲਾਨ ਹੋਇਆ। ਮਤਲਬ ਕਿ ਇਹ ਹੁੰਦਾ ਨਾ ਕਿ ਚੱਲਦੀ ਕੰਪੇਨ ਦੇ ਵਿੱਚ ਧਾਰਮਿਕ ਅਸਥਾਨ ਜਿਹੜੇ ਹੁੰਦੇ ਨੇ ਜੀ, ਉਹਨਾਂ ਦੀ ਵਰਤੋਂ ਨਹੀਂ ਹੁੰਦੀ ਨਹੀਂ ਹੁੰਦੀ ਜੀ। ਅਤੇ ਜੇ ਮੰਨ ਲਓ ਕੋਈ ਵਰਤੋਂ 'ਚ ਇਸ ਤਰ੍ਹਾਂ ਲਿਆਉਂਦਾ ਧਾਰਮਿਕ ਅਸਥਾਨ ਨੂੰ,
ਤੇ ਫਿਰ ਮਾਮਲਾ ਪੁੱਠਾ ਪੈ ਜਾਂਦਾ ਜੀ। ਇਹ ਇਸ ਤਰ੍ਹਾਂ ਦਾ ਇੱਕ ਦੋਸ਼ ਮੈਨੂੰ ਯਾਦ ਆਉਂਦਾ ਹੈ ਜਿਹੜਾ ਬੀਬੀ ਹਰਸਿਮਰਤ ਕੌਰ ਬਾਦਲ ਤੇ ਵੀ ਲੱਗਾ ਸੀਗਾ ਜੀ, ਡਬਲ ਟਾਪ ਦੇ ਵਿੱਚ ਸ਼ਾਇਦ। ਤਾਂ ਗੱਲ ਇਹ ਆ ਕਿ ਹੁਣ ਇਹ ਸਾਰਾ ਕੁਛ ਜਿਹੜਾ ਹੈ ਨਾ ਉਹ ਸੁਖਮ ਸਾਹਿਬ ਇੱਦਾਂ ਚੱਲਿਆ ਕਿ ਉਹ ਕਹਿੰਦੇ ਆ ਕਿ ਬੇਸ਼ੱਕ ਸਾਨੂੰ ਸੁਪਰੀਮ ਕੋਰਟ ਵੀ ਜਾਣਾ ਪਵੇ ਅਸੀਂ ਜਾਵਾਂਗੇ ਜਾਵਾਂਗੇ, ਮਤਲਬ ਕਿ ਇਹ ਕਾਨੂੰਨੀ ਲੜਾਈ ਜਿਹੜੀ ਆ ਉਹ ਅਸੀਂ ਧੁਰ ਤੱਕ ਲੈ ਕੇ ਜਾਵਾਂਗੇ ਜੀ। ਤਾਂ ਗੱਲ ਇਹ ਆ ਕਿ ਹੁਣ ਜੇ ਆਈਏ ਆਪਾਂ ਪਟੀਸ਼ਨ ਵਾਲਾ, ਤਾਂ ਪਟੀਸ਼ਨ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਹਰੇਕ ਬੰਦੇ ਕੋਲ ਅਧਿਕਾਰ ਆ ਜਿਸ ਨੇ ਇਲੈਕਸ਼ਨ ਲੜਿਆ ਕਿ 45 ਦਿਨ ਦੇ ਅੰਦਰ ਅੰਦਰ ਉਹ ਇਸ ਤਰ੍ਹਾਂ ਦੀ ਪਟੀਸ਼ਨ ਫਾਈਲ ਕਰ ਸਕਦਾ ਜੀ। ਹੁਣ ਉੱਥੇ ਜੇਕਰ ਮੰਨ ਲਓ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਈ ਇਹਨਾਂ ਦੇ ਦੱਸਣ ਦੇ ਮੁਤਾਬਕ ਤਾਂ ਬਈ ਜਿਹੜੀ ਅਫਸਰਸ਼ਾਹੀ ਸੀਗੀ ਉਸ ਵੇਲੇ ਉਹ ਕਿਤੇ ਨਾ ਕਿਤੇ ਅੰਡਰ ਪ੍ਰੈਸ਼ਰ ਕਥਿਤ ਤੌਰ 'ਤੇ ਨਜ਼ਰ ਆ ਰਹੀ ਹੈ ਵੀ ਅਸੀਂ ਪਰਚਾ ਰੱਦ ਨਹੀਂ ਕਰਨਾ ਜੀ, ਇਹ ਮਾਮਲਾ ਪੁੱਠਾ ਪੈ ਜਾਊਗਾ ਜੀ। ਪਰ ਕੋਰਟਾਂ ਜਿਹੜੀਆਂ ਹੁੰਦੀਆਂ ਨੇ ਉਹ ਬਹੁਤ ਬਰੀਕੀ ਨਾਲ ਇਹਨਾਂ ਚੀਜ਼ਾਂ ਨੂੰ ਦੇਖਦੀਆਂ ਵਾਚਦੀਆਂ। ਬਿਲਕੁਲ। ਅਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਦਾ ਸਿਆਸਤਦਾਨਾਂ 'ਤੇ ਸਿਕੰਜਾ ਕੱਸਿਆ ਹੋਇਆ ਕੋਰਟਾਂ ਨੇ ਜੀ, ਉਹਦੇ 'ਚ ਕੁਛ ਵੀ ਹੋ ਸਕਦਾ। ਹੋ ਸਕਦਾ ਕਿ ਪਟੀਸ਼ਨ ਖਾਰਜ ਵੀ ਹੋ ਜਾਵੇ, ਪਰ ਜੇ ਮੰਨ ਲਓ ਪਟੀਸ਼ਨ ਮਨਜ਼ੂਰ ਹੋ ਜਾਂਦੀ ਹੈ ਅਤੇ ਪਟੀਸ਼ਨ ਕਰਤਾ ਇਹ ਕਾਨੂੰਨੀ ਲੜਾਈ ਜਿੱਤ ਜਾਂਦੇ ਆ ਤਾਂ ਮੈਂਬਰਸ਼ਿਪ ਜਾ ਸਕਦੀ, ਇਹਦੇ 'ਚ ਕੋਈ ਮਤਲਬ ਕਿ ਦੋ ਰਾਏ ਨਹੀਂ। ਪਰ ਹੁਣ ਕੀ ਫੈਸਲਾ ਹੈਗਾ ਉਹ ਆਪਾਂ ਹੁਣ ਤੋਂ ਕਹਿ ਲਓ ਕਿ ਉਹਦੀ ਪੇਸ਼ੀਨਗੋਈ ਨਹੀਂ ਕਰ ਸਕਦੇ ਜੀ। ਪਰ ਇੰਡੀਆ 'ਚ ਇਤਿਹਾਸ ਹੈ ਇਹਨਾਂ ਚੀਜ਼ਾਂ ਦਾ ਜੀ। ਜੇ ਤੁਸੀਂ ਇੰਦਰਾ ਗਾਂਧੀ ਦੀ ਇਲੈਕਸ਼ਨ ਨੂੰ ਵੇਖੋਗੇ ਤਾਂ ਜਿਸ ਤਰੀਕੇ ਨਾਲ ਰੱਦ ਹੋਈ ਸੀਗੀ ਉਹ ਆਪਣੇ ਆਪ ਦੇ ਵਿੱਚ ਵੇਖੋ, ਤੁਸੀਂ ਸੁਣਿਆ ਹੋਣਾ ਕਿ ਐਮਰਜੈਂਸੀ ਦਾ ਮੁੱਢ ਉੱਥੋਂ ਵੱਜਾ ਸੀਗਾ ਵਗੈਰਾ ਵਗੈਰਾ ਗੱਲਾਂ ਜੀ ਜੀ। ਪਰ ਜੇ ਤਕਨੀਕੀ ਤੌਰ 'ਤੇ ਦੇਖੋਗੇ ਤੁਸੀਂ ਉਹਦੇ ਵਿੱਚ, ਮੈਂ ਇੱਕ ਕਿਤਾਬ ਪੜ੍ਹੀ ਸੀਗੀ ਇੱਕ ਜ਼ਿੰਦਗੀ ਕਾਫੀ ਨਹੀਂ, ਨਈਅਰ ਸਾਹਿਬ ਨੇ ਲਿਖੀ ਸੀ, ਕੁਲਦੀਪ ਨਈਅਰ ਬਹੁਤ ਤਕੜੇ ਪੱਤਰਕਾਰ ਹੋਏ ਨੇ। ਤਾਂ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਇੱਕ ਬੜਾ ਦਿਲਚਸਪ ਹਵਾਲਾ ਦਿੱਤਾ। ਉਹ ਕਹਿੰਦੇ ਕਿ ਉਹ ਜਿਹੜੀ ਪਟੀਸ਼ਨ ਸੀਗੀ ਜੀ ਜੋ ਉਮੀਦਵਾਰ ਹਾਰਿਆ ਸੀ ਰਾਜ ਨਾਰਾਇਣ, ਉਹਨੇ ਦੋ ਨੁਕਤੇ ਰੱਖੇ ਸੀਗੇ। ਇੱਕ ਤਾਂ ਇਹ ਸੀ ਕਿ ਜੋ ਪ੍ਰਧਾਨ ਮੰਤਰੀ ਸੈਕਟਰੀਏਟ ਦਾ OSD ਸੀਗਾ ਉਸ ਵੇਲੇ ਦਾ, ਰਾਜ ਕੁਮਾਰ ਕਪੂਰ ਜੀ, ਕਿ ਉਸਨੇ ਬਈ ਕਿਤੇ ਨਾ ਕਿਤੇ ਕੰਪੇਨ ਸੰਭਾਲੀ ਹੋਈ ਸੀਗੀ ਜੀ। ਪਰ ਕੰਪੇਨ ਸੰਭਾਲਣ ਤੋਂ ਉਹਨੇ 6 ਦਿਨ ਬਾਅਦ ਅਸਤੀਫਾ ਦਿੱਤਾ ਅਤੇ ਅਸਤੀਫਾ ਜਿਹੜਾ ਮਨਜ਼ੂਰ ਆ ਉਹ ਲਗਭਗ ਕੋਈ 15-16 ਦਿਨਾਂ ਬਾਅਦ ਹੋਇਆ, ਮਤਲਬ ਕਿ ਹਿਸਾਬ ਲਾ ਲਓ ਕਿ 10-15 ਦਿਨ ਤੱਕ ਉਹ ਸਰਵਿਸ 'ਤੇ ਸੀ ਜੀ। ਠੀਕ ਹੈ ਜੀ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਸਰਕਾਰੀ ਅਧਿਕਾਰੀ ਜਿਹੜਾ ਉਹ ਕੰਪੇਨ 'ਚ ਨਜ਼ਰ ਆਇਆ। ਇਹਨਾਂ ਨੇ ਵੀ ਇੱਕ ਹਵਾਲਾ ਦਿੱਤਾ, ਇਹਨਾਂ ਨੇ ਵੀ ਇੱਕ ਹਵਾਲਾ ਦਿੱਤਾ ਕਿ ਇੱਕ ਸਰਕਾਰੀ ਕਰਮਚਾਰੀ ਇਹਨਾਂ ਦੀ ਕੰਪੇਨ 'ਚ ਸੀਗਾ, ਮਤਲਬ ਕਿ ਤੁਸੀਂ ਹੁਣ ਸਮਾਨਤਾ ਲੱਭ ਸਕਦੇ। ਬਿਲਕੁਲ, ਮਾਮਲੇ 'ਚ ਪਹਿਲਾਂ ਵੀ ਇੱਦਾਂ ਹੋਇਆ ਮੈਂ ਹਾਂਜੀ ਉਹ ਤੁਹਾਨੂੰ ਮੈਂ ਦੱਸ ਦਿੰਦਾ। ਤਾਂ ਦੂਸਰਾ ਉੱਥੇ ਕੀ ਸੀਗਾ, ਦੂਸਰਾ ਉਹਨਾਂ ਨੇ ਜਾ ਕੇ ਜੋ ਨੁਕਤਾ ਉਠਾਇਆ ਸੀਗਾ ਉਸ ਵੇਲੇ ਹਾਈ ਕੋਰਟ ਦੇ ਵਿੱਚ, ਤਾਂ ਉਹ ਇਹ ਸੀਗਾ ਕਿ ਕੁਝ ਪੰਡਾਲ ਵਗੈਰਾ ਜਿਹੜੇ ਸੀਗੇ ਨਾ ਜੀ ਜੀ, ਉਹ ਸਰਕਾਰੀ ਅਫਸਰਾਂ ਨੇ ਲਵਾਏ ਸੀਗੇ। ਇਹ ਦੋ ਹੀ ਨੁਕਤੇ ਸੀਗੇ ਕਿ ਇੰਦਰਾ ਗਾਂਧੀ ਹਿਸਾਬ ਲਾ ਲਓ ਕਿ ਆਪ ਫੈਸਲਾ ਸੁਣਨ ਗਈ ਸੀਗੀ ਜੀ, ਅਤੇ ਜਦੋਂ ਜੱਜ ਨੇ, ਜੱਜ ਹੁੰਦੇ ਸੀਗੇ ਜੀ ਸ਼ਾਇਦ ਉਸ ਵੇਲੇ ਜਗਮੋਹਨ ਸਿਨਹਾ ਸਾਹਿਬ ਹੁੰਦੇ ਸੀਗੇ ਜੀ, ਜੇ ਮੈਂ ਨਹੀਂ ਭੁੱਲਦਾ, ਅਤੇ ਦੱਸਦੇ ਆ ਕਿ ਜਦੋਂ ਫੈਸਲਾ ਸੁਣਾਇਆ ਨਾ ਜੱਜ ਨੇ ਜੀ ਜੀ ਕਿ ਤੁਹਾਡੀ ਮੈਂਬਰਸ਼ਿਪ 'ਤੇ ਗਈ 6 ਸਾਲ ਵਾਸਤੇ ਬਈ ਤੁਹਾਨੂੰ ਅਯੋਗ ਕਰਾਰ ਦਿੱਤਾ ਜਾਂਦਾ, ਕਹਿੰਦੇ ਕਿ ਇੰਦਰਾ ਗਾਂਧੀ ਜਿਹੜੀ ਆ ਸੁੰਨ ਹੋ ਗਈ ਸੀਗੀ ਕਿ ਬਈ ਬਣ ਕੀ ਗਿਆ,
ਇਹ ਬਹੁਤ ਵੱਡਾ ਫੈਸਲਾ ਸੀ। ਫਿਰ ਇਹ ਸੁਪਰੀਮ ਕੋਰਟ ਵੀ ਗਈ ਸੀਗੀ ਬੀਬੀ ਇੰਦਰਾ ਗਾਂਧੀ ਬਈ, ਤਾਂ ਉਸ ਵੇਲੇ ਤੁਹਾਨੂੰ ਪਤਾ ਹੀ ਆ ਜੀ ਸੁਪਰੀਮ ਕੋਰਟ ਨੇ ਇੱਕ ਇੰਟਰਮ ਰਾਹਤ ਦਿੱਤੀ ਸੀਗੀ ਕਿ ਹਾਂ ਤੁਸੀਂ ਪ੍ਰਧਾਨ ਮੰਤਰੀ ਰਹਿ ਸਕਦੇ ਜੀ, ਪਰ ਤੁਸੀਂ ਮਤਲਬ ਕਿ ਸੰਸਦ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ ਕਾਰਵਾਈ 'ਚ। ਇਹ ਵੀ ਇੱਕ ਬੜਾ ਪੰਗਾ ਸੀਗਾ, ਤਾਂ ਉਹ ਤੋਂ ਬਾਅਦ ਹੀ ਇਹ ਸਾਰਾ ਕੁਛ ਹੈ ਜਿਹੜਾ ਉਹ ਇੱਦਾਂ ਗੁਜ਼ਰਦਾ ਕਿ ਨੌਬਤ ਜਿਹੜੀ ਹੈ ਉਹ ਆ ਜਾਂਦੀ ਹੈ ਐਮਰਜੈਂਸੀ ਤੱਕ। ਸੋ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਹੋਰ ਵੀ ਹੋਈਆਂ ਨੇ, ਜਿੱਦਾਂ ਮਤਲਬ ਕਿ ਇੱਕ ਬੰਦਾ ਸੀ ਉਹਦੀ ਨਾਗਰਿਕਤਾ ਜਿਹੜੀ ਸੀਗੀ ਉਹ ਨਿਕਲ ਆਈ ਸੀਗੀ, ਨਾਗਰਿਕਤਾ ਦਾ ਫਰਕ ਸੀਗਾ, ਤਾਂ ਉਹ ਸ਼ਾਇਦ ਵਿਧਾਨ ਸਭਾ ਮੈਂਬਰ ਸੀ, ਉਹਦੀ ਵੀ ਮੈਂਬਰਸ਼ਿਪ ਰੱਦ ਹੋਈ ਆ। ਪਰ ਇਹ ਨਿਰਭਰ ਕਰਦਾ ਆ ਕਿ ਇਹ ਸਾਰੀਆਂ ਚੀਜ਼ਾਂ ਜਾ ਕੇ ਉੱਥੇ ਸਾਬਤ ਹੁੰਦੀਆਂ ਨੇ ਤਦ, ਕਿ ਜੇ ਮੰਨ ਲਓ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪਟੀਸ਼ਨ ਕਰਤਾ ਦੱਸ ਰਹੇ ਆ ਉਹ ਸਾਬਤ ਕਰ ਦਿੰਦੇ ਆ ਤੇ ਕੋਰਟ ਮੰਨ ਲੈਂਦਾ ਕਿ ਹਾਂ ਇਸ ਤਰ੍ਹਾਂ ਹੋਇਆ, ਤਾਂ ਫਿਰ ਕਿਉਂਕਿ ਹੁਣ ਚੋਣ ਕਮਿਸ਼ਨ ਨੇ ਵੀ ਆ ਕੇ ਉੱਥੇ ਜਾਂ ਚੋਣ ਅਧਿਕਾਰੀਆਂ ਨੇ ਵੀ ਜਵਾਬ ਦੇਣਾ, ਸਾਰੇ ਪਾਰਟੀ ਬਣਾਏ ਜਾਣਗੇ, ਤਾਂ ਉੱਥੋਂ ਬਾਅਦ ਫਿਰ ਪਤਾ ਲੱਗੇਗਾ ਕਿ ਕੀ ਬਣਦਾ ਕੀ ਬਣਾਉਂਦਾ। ਪਰ ਮੈਂ ਜਿਵੇਂ ਕਿਹਾ ਕਿ ਜੋ ਵੀ ਫੈਸਲਾ ਆਏਗਾ ਉਹ ਇਸ ਗੱਲ 'ਤੇ ਨਿਰਭਰ ਕਰਦਾ ਆ ਜੀ ਕਿ ਬਾਈ ਤੁਸੀਂ ਮਤਲਬ ਕਿ ਉਸ ਚੀਜ਼ ਨੂੰ ਜਾ ਕੇ ਸਾਬਤ ਕਰਦੇ ਜੀ ਜੀ, ਮਤਲਬ ਇਹਨੂੰ ਮਸਲੇ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਅਜੇ ਤੱਕ। ਇਹ ਤਾਂ ਹੈ ਹੀ ਆ, ਜਦੋਂ ਦੇਖੋ ਕੋਈ ਵੀ ਕਾਨੂੰਨੀ ਉਲਝਣ ਜਦੋਂ ਪੈ ਜਾਂਦੀ ਆ ਜੀ ਕੋਈ ਵੀ ਆ, ਤਾਂ ਉਹਨੂੰ ਤੁਸੀਂ ਹਲਕੇ 'ਚ ਲੈ ਹੀ ਨਹੀਂ ਸਕਦੇ, ਬਿਲਕੁਲ ਬਿਲਕੁਲ। ਉੱਥੇ ਤੁਹਾਨੂੰ ਆਪਦਾ ਕੇਸ ਜਿਹੜਾ ਬੜੇ ਤਾਕਤਵਰ ਢੰਗ ਦੇ ਨਾਲ ਰੱਖਣਾ ਪੈਂਦਾ, ਪੇਸ਼ ਕਰਨਾ ਪੈਂਦਾ ਜੀ। ਇਹ ਆ ਕਿ ਕਾਨੂੰਨੀ ਲੜਾਈ ਜਿਹੜੀ ਆ ਇੱਕ ਹੋਰ ਮੋਰਚੇ 'ਤੇ ਖੁੱਲ੍ਹ ਗਈ। ਹਾਲਾਂਕਿ ਸ਼ਨੀਵਾਰ ਇੱਕ ਵੱਡੀ ਖਬਰ ਆਈ ਸੀਗੀ ਕਿ NSA ਦੇ ਵਿਰੁੱਧ ਜੋ ਐਕਸਟੈਂਸ਼ਨ ਹੋਈ ਆ, ਇੱਕ ਪਟੀਸ਼ਨ ਗਈ ਆ ਅੰਮ੍ਰਿਤਪਾਲ ਸਿੰਘ ਦੀ, ਤਾਂ ਉੱਧਰੋਂ ਤੁਸੀਂ ਦੇਖੋ ਕਿ ਅੱਜ ਬਜਟ ਇਜਲਾਸ ਸ਼ੁਰੂ ਹੋ ਗਿਆ ਜੀ, ਸ਼ਮੂਲੀਅਤ ਨਹੀਂ ਹੈ, ਤਾਂ ਹੋ ਸਕਦਾ ਕਿ ਅੰਮ੍ਰਿਤਪਾਲ ਸਿੰਘ ਅਤੇ ਜੋ ਉਹਨਾਂ ਦੇ ਲੀਗਲ ਟੀਮ ਵਾਲੇ ਆ ਉਹ ਹੋ ਸਕਦਾ ਕਿ ਸ਼ਮੂਲੀਅਤ ਵਾਸਤੇ ਵੀ ਇੱਕ ਕਾਨੂੰਨੀ ਚਾਰਾ ਜੋਈ ਕਰਨਾ ਜੀ। ਤਾਂ ਮਤਲਬ ਕਿ ਇੱਕ ਉੱਥੇ ਲੜਾਈ ਆ, ਦੂਸਰੀ NSA ਦੇ ਐਕਸਟੈਂਸ਼ਨ ਦੀ, ਅਤੇ ਤੀਸਰੀ ਹੁਣ ਕਹਿ ਲਓ ਕਿਤੇ ਨਾ ਕਿਤੇ ਆ ਪਟੀਸ਼ਨ ਦੀ ਵੀ ਕਾਨੂੰਨੀ ਲੜਾਈ ਸ਼ੁਰੂ ਹੋ ਗਈ ਆ ਜੀ ਜੀ ਜੀ। ਮੈਂ ਕੁਛ ਕਮੈਂਟ ਪੜ੍ਹ ਲਾਂ ਜੀ। ਸਾਹਿਬ ਕਾਲੋਂ ਜੀ ਕਹਿ ਰਹੇ ਕਿ ਸੈਂਟਰ ਸਰਕਾਰ ਕਦੇ ਵੀ ਰੱਦ ਨਹੀਂ ਹੋਣ ਦਿੰਦੀ ਅੰਮ੍ਰਿਤਪਾਲ ਦੀ ਕੁਰਸੀ। ਜੁਝਾਰ ਸਿੰਘ ਕਹਿੰਦੇ ਕਿ ਮਿੰਟੂ ਵੀਰ ਮੈਨੂੰ ਲੱਗਿਆ BJP ਅਤੇ ਪੰਜਾਬ ਸਰਕਾਰ ਅੰਮ੍ਰਿਤਪਾਲ ਦੇ ਪੈਰ ਨਹੀਂ ਲੱਗਣ ਦੇਣੇ ਉਹਨਾਂ ਨੇ। ਦੇਖੋ ਕੀ ਕਹਿ ਸਕਦੇ ਹਾਂ ਜੀ, ਹੁਣ ਇਹ ਤਾਂ ਕੋਰਟ ਨੇ ਦੇਖਣਾ ਜੀ। ਪੈਰ ਲੱਗਣ ਦਾ ਮਤਲਬ ਤਾਂ ਇਹ ਆ ਕਿ ਤੁਸੀਂ ਕਹਿ ਰਹੇ ਹੋ ਕਿ ਨਹੀਂ ਮਤਲਬ ਕਿ ਬਾਹਰ ਨਹੀਂ ਆਉਣ ਦੇਣਗੇ ਜਾਂ ਇੱਥੇ ਚੱਲਣ ਨਹੀਂ ਦੇਣਗੇ ਜੀ, ਤਾਂ ਫਿਲਹਾਲ ਤਾਂ ਕਾਨੂੰਨੀ ਲੜਾਈਆਂ ਜਿਹੜੀਆਂ ਨੇ ਉਹ ਲੜਨੀਆਂ ਹੀ ਪੈਣਗੀਆਂ ਜੀ ਜੀ। ਬਾਕੀ ਗੱਲਾਂ ਤਾਂ ਬਾਅਦ ਦੇ ਵਿੱਚ ਪਤਾ ਲੱਗਣਗੀਆਂ ਕੀ ਹੁੰਦਾ ਕੀ ਨਿਬੜਦਾ ਜੀ। ਤੇਜ਼ ਜੀ ਕਹਿ ਰਹੇ ਨੇ ਕਿ ਜਿਹਨੇ ਪਟੀਸ਼ਨ ਪਾਈ ਆ ਉਹਨੂੰ 50 ਵੋਟਾਂ ਵੀ ਨਹੀਂ ਪਈਆਂ ਸੀਗੀਆਂ। ਹਾਂ 1400 ਵੋਟ ਪਾਈ ਸੀ ਜੀ, ਸ਼ਾਇਦ 1400 ਜੇ ਮੈਂ ਗਲਤ ਨਹੀਂ। ਚਲੋ ਵੋਟਾਂ ਦਾ ਸਰ, ਵੋਟਾਂ ਦਾ ਕੋਈ ਤਾਲੁਕ ਨਹੀਂ ਇਸ ਚੀਜ਼ ਦੇ ਨਾਲ, ਪਟੀਸ਼ਨ ਕੋਈ ਵੀ ਪਾ ਸਕਦਾ ਬਾਈ, ਪਟੀਸ਼ਨ ਦਾ ਕੀ ਹੈ ਬਿਲਕੁਲ। ਪਰ ਜਿਹੜਾ ਬੰਦਾ ਇਲੈਕਸ਼ਨ ਲੜਿਆ ਉਹਨੂੰ ਭਾਵੇਂ ਇੱਕ ਵੀ ਵੋਟ ਨਾ ਪਾਈ ਹੋਵੇ, ਬਿਲਕੁਲ ਉਹਦੇ ਕੋਲ ਇੱਕ ਕਹਿ ਲਓ ਕਿ ਲੀਗਲ ਰਾਈਟ ਤਾਂ ਬਣ ਜਾਂਦਾ ਨਾ ਕਿ 45 ਦਿਨ ਦੇ ਅੰਦਰ ਅੰਦਰ ਚੋਣ ਨਤੀਜੇ ਨੂੰ ਚੈਲੰਜ ਕਰ ਸਕਦਾ ਜੀ ਜੀ। ਦੁਸਾਂਝਾ ਵਾਲਾ ਕਹਿ ਰਹੇ ਨੇ ਕਿ ਵਲਟੋਆ ਨੇ ਕੁਝ ਪੋਸਟ ਕੀਤਾ ਸੀ ਉਹ ਸਾਰਿਆਂ ਨੂੰ ਇਹਨਾਂ ਦੀਆਂ ਪੋਸਟਾਂ ਸੀ ਉਹ ਸਾਰੀਆਂ ਹੀ ਇਹਨਾਂ ਨੇ ਸ਼ਾਇਦ ਉਹਨੇ ਪੰਜਾਬੀ 'ਚ ਕੁਛ ਇੱਦਾਂ ਗੜਬੜ ਲਿਖੀ ਹੋਈ, ਮੈਨੂੰ ਵੀ ਸਮਝ ਨਹੀਂ ਆਇਆ, ਮੈਂ ਦੁਬਾਰਾ ਪੜ੍ਹ ਰਿਹਾ ਕਮੈਂਟ। ਵਲਟੋਹਾ ਨੇ ਕੁਝ ਪੋਸਟ ਕੀਤਾ ਸੀ ਉਹ ਸਾਰੀਆਂ ਹੀ ਇਹਨਾਂ ਦੀਆਂ ਪੋਸਟਾਂ ਸੀ, ਮਤਲਬ ਕਿ ਜੋ ਪਟੀਸ਼ਨ ਕਰਤਾ ਜੀ, ਇਹਨਾਂ ਦੇ ਕਹਿਣ ਦਾ ਮਤਲਬ ਤਾਂ ਇਹੋ ਨਿਕਲਦਾ ਕਿ ਜੋ ਵਲਟੋਹਾ ਕਰ ਰਹੇ ਸਨ ਸ਼ੇਅਰ ਉਹ ਇਹਨਾਂ ਦੀ ਸਮੱਗਰੀ ਸੀ ਜ਼ਿਆਦਾਤਰ ਜੀ ਜੀ ਜੀ।